ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ 108 ਸੰਤ ਗੁਰਬਚਨ ਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਉਹ ਅੱਜ ਦੇ ਪਾਵਨ ਦਿਵਸ 'ਤੇ ਸਾਰੀਆਂ ਹੀ ਸੰਗਤਾਂ ਨੂੰ ਅੰਮ੍ਰਿਤਮਈ ਪ੍ਰਵਚਨ ਸਰਵਣ ਕਰਵਾਉਣ ਦੀ ਕਿਰਪਾਲਤਾ ਕਰਨ। ਸਤਿਕਾਰਯੋਗ 108 ਸੰਤ ਗੁਰਬਚਨ ਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਰਾਮ ਦੇ ਨਾਲ ਬੈਠਣ ਦੀ ਕਿਰਪਾਲਤਾ ਕਰਨ। ਜਿਹੜੇ ਸੰਗਤਾਂ ਖੜੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਬੈਠ ਜਾਣ, ਸੇਵਾਦਾਰਾਂ ਨੂੰ ਬੇਨਤੀ ਹੈ ਕਿ ਸੰਗਤਾਂ ਨੂੰ ਬਿਠਾਉਣ ਦੀ ਕਿਰਪਾਲਤਾ ਕਰਨ, ਕਿਉਂਕਿ ਮਹਾਨ ਤਪਸਵੀ ਸਤਿਗੁਰੂ ਸਵਾਮੀ ਗੁਰਬਚਨ ਦਾਸ ਮਹਾਰਾਜ ਜੀ ਸਭ ਸੰਗਤਾਂ ਨੂੰ ਅੰਮ੍ਰਿਤਮਈ ਪ੍ਰਵਚਨ ਸਰਵਣ ਕਰਵਾਉਣਗੇ। ਸੋ ਆਓ ਉਹਨਾਂ ਪਾਸੋਂ ਅੰਮ੍ਰਿਤਮਈ ਪ੍ਰਵਚਨ ਸਰਵਣ ਕਰੀਏ। ਗਿਆਨ ਅੰਜਨ ਦੀਆ ਅਗਿਆਨ ਅੰਧੇਰ ਬਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਨਾ ਪਰਗਾਸ। ਮਹਾਰਾਜ ਸਰਬਨ ਦਾਸ ਜੀ ਇੱਦਾਂ ਪੜਿਆ ਕਰਦੇ ਸੀ, ਗੁਰੂ ਗਿਆਨ ਅੰਜਨ ਦੀਆ ਅਗਿਆਨ ਅੰਧੇਰ ਬਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਨਾਮ ਪ੍ਰਗਾਸ। ਮਹਾਂਪੁਰਸ਼ ਕਹਿੰਦੇ ਗੁਰੂਆਂ ਨੇ ਨਾਮਦਾਨ ਦਿੱਤਾ, ਸ਼ਿਕਸ਼ਾ ਦਿੱਤੀ, ਪਰਮੇਸ਼ਰ ਦੇ ਰਾਸਤੇ ਤੋਰਿਆ, ਦੁਨੀਆ ਦਾ ਵੀ ਗਿਆਨ ਅਤੇ ਵਿਚਾਰ ਦਿੱਤੇ। ਉਹਨਾਂ ਨੇ ਕੀ ਦਿੱਤੇ? ਦੁਨੀਆ ਬਾਰੇ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰੂ ਪਾਇਆ, ਮਨ ਹਰਲ ਮੰਡਲ ਮੰਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਮਹਾਂਪੁਰਸ਼ ਕਹਿੰਦੇ ਜਿਹੜਾ ਇਹ ਸਾਡਾ ਸਰੀਰ ਆ, ਮਹਾਰਾਜ ਸਰਬਨ ਦਾਸ ਜੀ ਸੁਣਾਇਆ ਕਰਦੇ ਸੀ, ਇੱਦਾਂ ਬੋਲਦੇ ਹੁੰਦੇ ਸੀ, ਥੋੜ੍ਹਾ ਥੋੜ੍ਹਾ ਪਤਾ। ਕਹਿੰਦੇ ਜਿਹੜੇ ਅਸੀਂ ਸੰਸਾਰੀ ਜੀਵ ਹਾਂ, ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਘਰੇ ਹਾਂ। ਫਿਰ ਕਹਿੰਦੇ ਪਰਮੇਸ਼ਰ ਦੀ ਦਇਆ ਹੋ ਜਾਏ, ਪਰਮੇਸ਼ਰ ਦੀ ਦਇਆ ਹੋ ਜਾਏ, ਪੂਰਨ ਸੰਤਾਂ ਨਾਲ ਮੁਹੱਬਤ ਪੈ ਜਾਏ, ਪਿਛਲੇ ਭਾਗ ਜਾਗਣ, ਪੂਰਵਲੇ ਭਾਗ ਵੀ ਹੋਣ, ਜਿਹੜੇ ਅਸੀਂ ਪਿੱਛੇ ਕਰਕੇ ਆਇਓ। ਜਿਹੜਾ ਇਹ ਸਾਧੂਆਂ ਦੇ ਦਰਸ਼ਨ ਆ, ਇਹ ਪਿਛਲੇ ਸੰਸਕਾਰ ਅਤੇ ਭਾਗਾਂ ਦੇ ਨਾਲ ਹੁੰਦੇ ਆ, ਫਿਰ ਉਹ ਤੋਂ ਸ੍ਰੇਸ਼ਟ ਭਾਗ ਹੋਣ, ਸਾਡੇ ਮਨ ਨੂੰ ਵਿਚਾਰ ਉਤਪੰਨ ਹੋਣ। ਅਸੀਂ ਸੰਤਾਂ ਦੇ ਪੂਰਨਿਆਂ ਦੇ ਉੱਤੇ, ਉਹਨਾਂ ਦੇ ਸਤਸੰਗ 'ਤੇ ਗੁਜ਼ਰ ਸਕੀਏ, ਅਸੀਂ ਸੁਣਦੇ ਹਾਂ, ਸੁਣਨ ਦੇ ਵਿੱਚ ਬਸ ਲਾਭ ਲੈਂਦੇ ਹਾਂ ਕਿ ਸੁਣਿਆ ਏ ਅਸੀਂ, ਸੁਣਨ ਦਾ ਕੀ ਅਸੀਂ ਸੁਣ ਕੇ ਕਰਦੇ ਹਾਂ। ਇੱਕ ਵਾਰੀ ਪੰਛੀ ਆਪਣੇ ਆਲ੍ਹਣੇ 'ਚ ਬੈਠੇ, ਉਹ ਜਦੋਂ ਪੈਦਾ ਕੀਤੇ ਤਾਂ ਇੱਕ ਜਣਾ ਚੋਗਾ ਲੈਣ ਜਾਂਦਾ ਸੀ, ਨਾਲੇ ਖਾਇਆਉਣਾ ਨਾਲੇ ਲੈ ਆਉਣਾ, ਅਤੇ ਉਹਨਾਂ ਨੇ ਬੱਚਿਆਂ ਨੇ ਵੀ ਖਾਣਾ ਅਤੇ ਜਿਹੜਾ ਕੋਲ ਰਹਿੰਦਾ ਉਹਨੂੰ ਵੀ ਖਾਣਾ, ਜੇ ਫਿਰ ਭੁੱਖ ਲੱਗ ਜਾਏ ਤਾਂ ਫਿਰ ਉਹਨੂੰ ਛੱਡ ਜਾਣਾ ਅਤੇ ਦੂਜੇ ਨੇ ਚਲੇ ਜਾਣਾ। ਹੁਣ ਜਿਹੜੇ ਉਹ ਬੱਚੇ ਸੀ ਉਹ ਤਕੜੇ ਹੋ ਗਏ, ਉਹ ਥੋੜ੍ਹਾ ਥੋੜ੍ਹਾ ਉੱਡਣ ਲੱਗ ਪਏ, ਅਤੇ ਜਦੋਂ ਦੇਖਿਆ ਕਿ ਇਹ ਹੁਣ ਸੋਝੀ ਵਾਲੇ ਹੋ, ਫਿਰ ਉਹਨਾਂ ਨੇ ਉਹਨਾਂ ਨੂੰ ਕਹਿਣਾ ਵੀ ਜਦੋਂ ਅਸੀਂ ਚੋਗਾ ਚੁਗਣ ਚਲੇ ਜਾਈਏ ਤੁਹਾਡੇ ਲਈ ਲੈ ਆਇਆ ਕਰਾਂਗੇ, ਅਤੇ ਤੁਸੀਂ ਜਾ ਇਹ ਥੱਲੇ ਸ਼ਿਕਾਰੀ ਨੇ ਆਉਣਾ, ਸ਼ਿਕਾਰੀ ਆਊਗਾ, ਜਾਲ ਲਾਊਗਾ, ਚੋਗਾ ਖਿਲਾਰੂਗਾ, ਉਹਦੇ ਵਿੱਚ ਫਸਣਾ ਨਹੀਂ।
ਜਦੋਂ ਉਹਨੇ ਜਾਣਾ ਤਾਂ ਮੁਹਾਰ ਨਹੀਂ ਰੱਟ ਲਈ, ਗਿਆਨ ਹੈ ਨਹੀਂ ਸੀ। ਉਹ ਜਦੋਂ ਉੱਡਣ ਲੱਗ ਪਏ, ਸ਼ਿਕਾਰੀ ਨੇ ਆਇਆ, ਸ਼ਿਕਾਰੀ ਆਇਆ, ਜਾਲ ਲਾਇਆ, ਚੋਗਾ ਪਾਇਆ। ਉਹਨੇ ਕੀ ਕੀਤਾ, ਉਹ ਕਹਿੰਦੇ ਨਾਲੇ ਗਾਈ ਜਾਣ, ਸ਼ਿਕਾਰੀ ਆਊਗਾ, ਜਾਲ ਲਾਊਗਾ, ਚੋਗਾ ਖਿਲਾਰੂਗਾ, ਉਹਦੇ ਜਾਲ 'ਚ ਨਹੀਂ ਫਸਣਾ। ਇੱਦਾਂ ਕਰਦੇ ਕਰਦੇ ਹੁਣ ਜਦੋਂ ਚੋਗਾ ਖਿਲਾਰਿਆ, ਉਹ ਕਹਿੰਦੇ ਸਾਡੇ ਮਾਂ ਪੇ ਮੂਰਖ ਆ, ਐਡੀ ਦੂਰ 'ਚ ਚੁਗਣ ਜਾਂਦੇ ਆ, ਮੁੰਡ ਬਥੇਰਾ ਖਿਲਾ ਖਿਲ ਰਿਹਾ ਆ, ਇਹ ਕਿਉਂ ਨਹੀਂ ਖਾਂਦੇ। ਉਹਨੇ ਕੀ ਕੀਤਾ, ਉਹਨੇ ਛਾਲ ਮਾਰੀ, ਚੁਗਣ ਲੱਗ ਪਏ। ਹੁਣ ਕੀ ਕੀਤਾ, ਜਦੋਂ ਉਹ ਫਸ ਗਏ ਤਾਂ ਉਹਨਾਂ ਨੇ ਇਕੱਠਾ ਕੀਤਾ ਜਾਲ, ਸ਼ਿਕਾਰੀ ਨੇ, ਤਾਂ ਲੈ ਕੇ ਤੁਰ ਪਿਆ। ਹੁਣ ਜਦੋਂ ਉਹ ਤੁਰਿਆ ਜਾਂਦਾ, ਉੱਧਰੋਂ ਉਹਨਾਂ ਦੇ ਮਾਂ ਪੇ ਵੀ ਚੋਗਾ ਲੈ ਕੇ ਆ ਗਏ, ਚੁੱਕ ਕੇ ਵੀ ਆ ਗਏ। ਉਹਨੇ ਜਦੋਂ ਦੇਖਿਆ ਸਾਡੇ ਬੱਚੇ ਫਸੇ ਹੋ ਆ, ਉਹ ਵੀ ਫਸ ਗਏ ਪ੍ਰੇਮ 'ਚ, ਮੋਹ 'ਚ। ਇਸ ਕਰਕੇ ਜਿਹੜੇ ਅਸੀਂ ਸੰਸਾਰੀ ਜੀਵ ਹਾਂ, ਅਸੀਂ ਇੱਦਾਂ ਮੋਹ 'ਚ ਫਸ ਕੇ ਆਪਣਾ ਜੀਵਨ ਖਤਮ ਕਰ ਲੈਂਦੇ ਹਾਂ, ਪਰਮੇਸ਼ਰ ਤੋਂ ਬੇਮੁੱਖ ਹੋ ਜਾਂਦੇ ਹਾਂ। ਮਹਾਂਪੁਰਸ਼ ਕਹਿੰਦੇ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਬਜੋਗ, ਖਿਨਮੇ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਉਹ ਕਹਿੰਦੇ ਇਹ ਸਭ ਫਿੱਕੇ ਹੀ ਆ ਭੋਗ, ਮਹਾਰਾਜ ਕਹਿੰਦੇ ਇਹ ਸਭ ਫਿੱਕੇ ਹੀ। ਅਤੇ ਫਿਰ ਉਹਨੇ ਕੀ ਕੀਤਾ, ਮੋਹ ਦੇ ਵਿੱਚ ਉਹ ਵੀ ਫਸ ਗਏ, ਅਤੇ ਉਹਨੇ ਕੀ ਕੀਤਾ, ਉਹ ਹੋਰ ਖੁਸ਼ ਹੋ ਗਿਆ। ਉਹਨਾਂ ਨੇ ਇੱਕ ਦੂਜੇ ਦੇ ਸਾਹਮਣੇ ਇੱਕ ਦੂਜਾ ਕਤਲ ਕਰਕੇ, ਦੇਲਾ ਉਹਦਾ, ਉਹਨਾਂ ਦਾ ਮਾਸ ਕੱਢ ਕੇ ਤਾਂ ਇਕੱਠਾ ਹੀ ਬਣਾ ਕੇ ਖਾ ਲਿਆ। ਇਸ ਕਰਕੇ ਜਿਹੜੇ ਅਸੀਂ ਜੀਵ ਹਾਂ, ਅਸੀਂ ਆਪ ਹੀ ਫਸ ਫਸ ਕੇ ਮਰੀ ਜਾਂਦੇ ਹਾਂ, ਕਿਸੇ ਨਾਲ ਈਰਖਾ ਕਰੀ ਜਾਂਦੇ ਹਾਂ, ਕਿਸੇ ਦਾ ਨਾ ਬੈਰ ਕਰੀ ਜਾਂਦੇ ਹਾਂ, ਕਿਸੇ ਨੂੰ ਖੁਣਸਾਂ ਕਰੀ ਜਾਂਦੇ ਹਾਂ। ਜਿਹੜੇ ਅਸੀਂ ਸੰਸਾਰੀ ਜੀਵ ਹਾਂ, ਇਹ ਬਸ ਦੀ ਗੱਲ ਨਹੀਂ, ਇੱਦਾਂ ਹੀ ਹੁੰਦੀ ਹੈ। ਇਸ ਸਰੀਰ ਦੇ ਵਿੱਚ ਪਰਮੇਸ਼ਰ ਨੇ ਤਾਂ ਸਾਨੂੰ ਭਗਤੀ ਲਈ ਦਿੱਤਾ ਸੀ, ਜਿੱਥੇ ਅਸੀਂ ਭਗਤੀ ਰੱਖਣੀ ਆ, ਸਤਿਗੁਰ ਨੂੰ ਰੱਖਣਾ, ਉੱਥੇ ਤਾਂ ਸਾਡੇ ਮਨਾਂ 'ਚ ਈਰਖਾ ਬਣੀ, ਉੱਥੇ ਤਾਂ ਅਸੀਂ ਕਾਮ ਕਰੋ ਲੋਭ ਮੋਹ ਨੂੰ ਬਿਠਾ ਲਿਆ ਆ, ਪਰਮੇਸ਼ਰ ਨੂੰ ਜਗ੍ਹਾ ਹੀ ਨਹੀਂ ਦਿੱਤੀ ਹਿਰਦੇ 'ਚ। ਇਸ ਕਰਕੇ ਫਿਰ ਜਮਾਂ ਦੇ ਬਸ ਪੈਂਦੇ ਆ, ਜਿਹੜਾ ਹੁਣ ਆ, ਹੁਣ ਜੰਮ ਵੀ ਨਹੀਂ ਲੈਣ ਆਉਂਦੇ, ਹੁਣ ਘਰ ਦੇ ਹੀ ਲੈਣ ਆਉਂਦੇ ਆ, ਮਾਂ ਪੇ ਭੈਣ ਭਾਈ ਰਿਸ਼ਤੇਦਾਰ ਸੱਜਣ ਮਿੱਤਰ, ਇਹੋ ਜਿਹੜੇ ਆ, ਇਹ ਸੁਪਨਿਆਂ 'ਚ ਆਉਂਦੇ ਆ। ਇਹਨਾਂ ਨਾਲ ਹੀ ਮੋਹ ਹੁੰਦਾ, ਅਚਨਚੇਤ ਪਿਆਇਆ ਹੁੰਦਾ, ਉਹ ਲੀਨਤਾ 'ਚ ਬਦਲ ਜਾਂਦਾ, ਜਿਹਨੂੰ ਅਸੀਂ ਦੇਖਿਆ ਆ, ਸੁਣਿਆ ਆ, ਅੰਤ ਦੇ ਸਮੇਂ ਉਹਨਾਂ ਨਾਲ ਹੀ ਗੱਲਾਂ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਖਿਆਲਾਂ 'ਚ ਮਰ ਜਾਂਦੇ ਹਾਂ। ਫਿਰ ਮੈਂ ਇੱਦਾਂ ਉਹਨਾਂ ਨੂੰ ਰੂਹਾਂ ਨੂੰ ਪੁੱਛਿਆ, ਮੈਂ ਕਿਹਾ ਬਈ ਜਦੋਂ ਇੱਦਾਂ ਤੁਸੀਂ ਲੈਣ ਆਉਂਦੇ ਆ, ਤੁਹਾਨੂੰ ਪਤਾ ਹੁੰਦਾ? ਉਹ ਕਹਿੰਦੇ ਸਾਨੂੰ ਪਤਾ ਹੁੰਦਾ ਜਿੰਨੇ ਮਰੇ ਹੋ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਤੁਸੀਂ ਕਾਹਤੇ ਖੁਸ਼ ਹੁੰਦੇ ਆ? ਉਹ ਕਹਿੰਦੇ, ਅਸੀਂ ਖੁਸ਼ ਤਾਂ ਹੁੰਦੇ ਆ, ਇਹਨਾਂ ਨੇ ਵੀ ਸਾਡੇ ਵਰਗੇ ਕਰਮ ਕੀਤੇ, ਇਹਨੇ ਵੀ ਸਾਡੇ 'ਚ ਰਲ ਜਾਣਾ, ਅਸੀਂ ਤਾਂ ਖੁਸ਼ ਹੁੰਦੇ ਹਾਂ ਵੀ ਇਹਨੇ ਵੀ ਸਾਡੇ ਵਾਂਗੂ ਰੱਬ ਦੀ ਬੰਦਗੀ ਨਹੀਂ ਕੀਤੀ, ਜਿੱਦਾਂ ਇਹ ਅਸੀਂ ਫਸੇ ਹੋ, ਇੱਦਾਂ ਇਹ ਫਸੇ ਹੋ। ਫਿਰ ਕਹਿੰਦੇ, ਅਸੀਂ ਝਾਸਾ ਦਿੰਦੇ ਹਾਂ ਉਹਨੂੰ, ਝਾਕਾ ਦੇ ਕੇ ਉਹਨੂੰ ਮਾਰ ਦਿੰਦੇ ਹਾਂ, ਉਹਨੂੰ ਨਾਲ ਨਹੀਂ ਲੈ ਕੇ ਜਾਂਦੇ, ਜਿੱਦਾਂ ਅਸੀਂ ਭਟਕਦੇ ਹਾਂ ਇੱਦਾਂ ਹੀ ਉਹ ਭਟਕਦੇ ਆ, ਇੱਦਾਂ ਹੀ ਵਾਸ਼ਨਾ 'ਚ ਉਹ ਭਟਕਦੇ ਆ, ਇੱਦਾਂ ਹੀ ਅਸੀਂ ਭਟਕਦੇ ਹਾਂ। ਅਸੀਂ ਮਰਿਓ ਵੀ ਵਿਸ਼ੇ ਭੋਗਦੇ ਹਾਂ, ਜਿਉਂਦੇ ਵੀ ਵਿਸ਼ੇ ਭੋਗੇ, ਸਾਨੂੰ ਰੱਬ ਦਾ ਗਿਆਨ ਨਹੀਂ ਹੋਇਆ, ਸਾਨੂੰ ਜੰਮ ਵੀ ਨਹੀਂ ਲੈਣ ਆਏ। ਅਤੇ ਜਿਨ੍ਹਾਂ ਨੂੰ ਜੰਮ ਲੈਣ ਆਉਂਦੇ ਆ, ਉਹਨਾਂ ਦੇ ਪਾਪ ਪੁੰਨ ਕੁਛ ਘੱਟ ਵੱਧ ਹੁੰਦੇ ਆ, ਕੁਛ ਚੰਗੇ ਹੁੰਦੇ ਆ, ਕੁਛ ਮਾੜੇ ਹੁੰਦੇ ਆ, ਕੁਛ ਭਜਨ ਕੀਤਾ ਆ ਹੁੰਦਾ, ਕੁਛ ਨਹੀਂ ਕੀਤਾ ਆ ਹੁੰਦਾ। ਇਸ ਕਰਕੇ ਉਹਨਾਂ ਨੂੰ ਜੰਮ ਲੈਣ ਆਉਂਦੇ ਆ, ਜਿਨ੍ਹਾਂ ਦੇ ਥੋੜ੍ਹੇ ਬਹੁਤੇ ਘੱਟ ਵੱਧ
पुन पाप होण, जिन्हां दे पुन ना होण, किसी नूं दान नहीं कीता, बस अपने बना के इलाद पैदा करके बस तुर गए, उन्हां दे विचे खप गए, उन्हां दे विचे लीन हो गए। माड़ा जिहा किसी नूं कोई दुख होवे, बाकी सुखी होण, बस उत्थे मन फस गया बंदे दा। इलाद दा नूं ना कहना मन्ने, उत्थे मन फस गया, क्योंकि जिहड़ा मन आ इह सोचदा नहीं कि हुण इहनां दा समां आ, मेरा समां खत्म हो गया। इस करके असीं अपनियां आदतां नहीं छड्डदे, फिर आप ही दुखी हुंदे आ, फिर साधुआं कोल जांदे आ, आदतां ते सवाल छड्डदे नहीं आ, इस करके असीं बदलदे नहीं आ, साडियां आदतां नाल ही साडे चले जांदियां। साधुआं दे कोल जा के असीं तां उहनां तों राय लैणी आ रब नूं प्राप्त करन दी, असीं तां रखणियां शरदा। ਜਿਹੜਾ ਸਾਧੂ ਸੰਤ ਹੁੰਦਾ ਉਹ ਨਾ ਕਿਸੇ ਤੋਂ ਬਰਖਲਾਫ ਹੁੰਦਾ, ਨਾ ਕਿਸੇ ਦੀ ਨਿੰਦਿਆ ਹੀ ਕਰਦਾ, ਨਾ ਸੁਣਦਾ ਹੀ ਆ, ਨਾ ਚੁਗਲੀਆਂ ਹੀ ਕਰਦਾ, ਨਾ ਕੋਲ ਬੈਠਣੇ ਹੀ ਦਿੰਦਾ ਬਹੁਤ ਸਮਾਂ ਕਿਸੇ ਨੂੰ, ਨਾ ਕਿਸੇ ਨੂੰ ਮੌਕਾ ਹੀ ਦਿੰਦਾ। ਜਿਹੜੇ ਸਾਧੂ ਸੰਤ ਆ ਇਹ ਕਿਸੇ ਵੀ ਧਰਮ ਦੇ ਵਿੱਚ, ਕਿਸੇ ਵੀ ਜਾਤ ਦੇ ਵਿੱਚ, ਕਿਸੇ ਵੀ ਦੇਸ਼ ਦੇ ਵਿੱਚ ਕਿਤੇ ਵੀ ਪੈਦਾ ਹੋ ਸਕਦੇ। ਇਸ ਕਰਕੇ ਜਿਹੜੇ ਸਾਧੂ ਸੰਤ ਆ ਉਹ ਸਾਧੂ ਹੀ ਬਣਦੇ ਆ, ਜਿੱਦਾਂ ਜਿੱਦਾਂ ਬਣੀ ਜਾਂਦੇ ਆ ਉੱਦਾਂ ਉੱਦਾਂ ਗਿਆਨ ਹੋਈ ਜਾਂਦਾ, ਉੱਦਾਂ ਉੱਦਾਂ ਅੰਦਰੋਂ ਵਾਸ਼ਨਾ ਮਰੀ ਜਾਂਦੀਆਂ। ਫਿਰ ਜਦੋਂ ਅਸੀਂ ਇੱਦਾਂ ਤੁਰੇ ਆਉਂਦੇ ਸੀ ਇੱਥੋਂ ਲੱਗ ਕੇ, ਇੱਦਾਂ ਦੇਖੇ ਇੱਦਾਂ ਸੇਵਾਦਾਰ, ਜਦੋਂ ਜਿਹੜੇ ਕਾਮਲ ਫਕੀਰ ਆ ਇੱਕ ਛਿਨ ਦੇ ਵਿੱਚ ਪਰਮੇਸ਼ਰ ਨੂੰ ਮਿਲ ਕੇ ਆ ਜਾਂਦੇ ਆ। ਕਰੋੜਾਂ ਮੀਲਾਂ ਦਾ ਰਾਸਤਾ ਜਿਹੜਾ ਆ ਉਹ ਇੱਕ ਛਿਨ ਤੋਂ ਪਹਿਲਾਂ ਹੀ ਤੈਅ ਕਰ ਲੈਂਦੇ ਆ, ਇੰਨੀ ਛੇਤੀ ਆਉਂਦੇ ਜਾਂਦੇ ਰਹਿੰਦੇ ਰੱਬ ਦੇ ਕੋਲ। ਫਿਰ ਉੱਥੇ ਜਿਹੜੇ ਦੇਵੀ ਦੇਵਤੇ ਆ ਉਹਨਾਂ ਨੇ ਦੇਵਤਿਆਂ ਤੋਂ ਵਰਦਾਨ ਲੈ ਕੇ ਦੁਨੀਆਂ ਦੇ ਸਵਾਰਥ ਚੰਗੇ ਮਾੜੇ ਖਿਆਲਾਂ ਨਾਲ ਜੁੜੇ ਰਹਿੰਦੇ ਆ, ਉਹ ਫਿਰ ਰੱਬ ਦੇ ਨਾਲ ਰੱਬ ਦੇ ਦਰਸ਼ਨ ਨਹੀਂ ਕਰ ਸਕਦੇ। ਉਹ ਫਿਰ ਜਿਹੜੀਆਂ ਰੂਹਾਂ ਪਵਿੱਤਰ ਰੱਬ ਦੀਆਂ ਰੱਬ ਨੂੰ ਦੇ ਦਰਸ਼ਨ ਕਰਦੀਆਂ ਆ ਉਹ ਰਾਸਤੇ 'ਚ ਖੜ੍ਹੇ ਹੁੰਦੇ ਇੱਦਾਂ ਬੜੇ ਸੰਘਣੇ। ਮੇਰਾ ਆਪਣਾ ਅਨੁਭਵ ਆ, ਮੈਂ ਹਰ ਵੇਲੇ ਜਾਂਦਾ, ਜਦੋਂ ਕਿਸੇ ਦੇ ਖਿਆਲਾਂ ਦੇ ਵਿੱਚ ਡੁੱਬ ਜਾਂਦੇ ਹਾਂ ਦੁੱਖਾਂ ਸੁੱਖਾਂ 'ਚ ਪਾਪ ਪੁੰਨ 'ਚ, ਫਿਰ ਉਹ ਰਾਸਤਾ ਨਹੀਂ ਮਿਲਦਾ, ਨਾ ਮੰਜ਼ਿਲ ਮਿਲਦੀ ਆ। ਕੋਈ ਤਾਂ ਲੋਭ ਫਸ ਜਾਵੇ, ਕਿਤੇ ਮੋਹ ਫਸ ਜਾਵੇ, ਕਿਤੇ ਈਰਖਾ ਫਸ ਜਾਵੇ, ਹੰਕਾਰੀ ਹੋ ਜਾਵੇ, ਬਸ ਉਹਨੂੰ ਰੱਬ ਦੇ ਘਰ ਥਾਂ ਨਹੀਂ ਮਿਲਦੀ। ਕਿਸੇ ਨੂੰ ਉੱਚਾ ਨੀਵਾਂ ਦੇਖਣ ਲੱਗ ਪਾਵੇ, ਕਿਸੇ ਦੀ ਨਿੰਦਿਆ ਕਰੇ, ਉਹਨੂੰ ਰੱਬ ਦੇ ਘਰ ਰੱਬ ਦੇ ਦਰਸ਼ਨ ਨਹੀਂ ਹੁੰਦੇ। ਜਿਹਦੀ ਕਿਸੇ ਨਾਲ ਈਰਖਾ ਬਿਨਾਂ ਹੋਵੇ, ਬੈਰ ਬਿਨਾਂ ਹੋਵੇ, ਉਹਨੂੰ ਚਾਹੁੰਦਾ ਹੋਵੇ ਰੱਬ ਨੂੰ, ਰੱਬ ਉਹਨੂੰ ਹੀ ਮਿਲਦਾ। ਫਿਰ ਅਸੀਂ ਇੱਦਾਂ ਮੰਨਣਾ ਵਿਚਾਰਿਆ ਕਿ ਖਰਿਆ ਸਾਰੇ ਹੀ ਰੱਬ ਕੋਲ ਚਲੇ ਜਾਂਦੇ ਆ, ਫਿਰ ਮਹਾਂਪੁਰਸ਼ਾਂ ਨੇ ਦੱਸਿਆ ਕੋਈ ਬਿਰਲੇ ਜੀ ਤੇਰੇ ਨਾਮ ਦੇ ਵਪਾਰੀ, ਬਿਰਲੇ ਜੀ ਤੇਰੇ ਨਾਮ ਦੇ ਵਪਾਰੀ। ਨਾਮ ਦੇ ਵਪਾਰੀ ਜਿਹੜੇ ਬਿਰਲੇ ਹੁੰਦੇ, ਨਿੱਤਾ ਅਸੀਂ ਮਨ ਦੇ ਮਗਰ ਲੱਗ ਕੇ ਚੱਲਦੇ ਹਾਂ, ਮਨ ਨੂੰ ਹੀ ਰੱਬ ਮੰਨ ਲਿਆ। ਅਸੀਂ ਕਿਹਨੂੰ ਰੱਬ ਮੰਨ ਲਿਆ? ਮਨ ਨੂੰ। ਬਸ ਮਨ ਜਿੱਥੇ ਲੱਗ ਜਾਂਦਾ ਉੱਥੇ ਟਿਕ ਜਾਂਦੇ ਆ, ਜੇ ਖੋਟੀਆਂ ਖਿਆਲ ਆ ਤਾਂ ਖੋਟੇ ਖਿਆਲਾਂ 'ਚ ਟਿਕੇ ਰਹਿੰਦੇ ਹਾਂ। ਦੇਖ ਅਸੀਂ ਸਾਧੂਆਂ ਕੋਲ ਆਣ ਕੇ ਵੀ ਆਪਣੀਆਂ ਗਰਜ਼ਾਂ ਹੀ ਰੱਖਦੇ ਹਾਂ। ਦੇਖ ਜਿਹੜੇ ਆ ਕਰਮ ਆ ਇਹ ਪਹਿਲਾਂ ਹੀ ਰੱਬ ਨੇ ਲਿਖੇ ਹੋ, ਕੁਛ ਦਰਸ਼ਨ ਕਰਨ ਦੇ ਨਾਲ ਕਰਮ ਬਦਲਦੇ ਆ, ਪਰ ਅਸੀਂ ਨਹੀਂ ਬਦਲਦੇ। ਜਿਹੜੇ ਮਹਾਂਪੁਰਸ਼ ਹੁੰਦੇ ਆ ਇਹ ਇਸ਼ਾਰਾ ਕਰਦੇ ਆ, ਅੱਗੇ ਆਪਣੀ ਮਰਜ਼ੀ ਆ,
ਮਗਰ ਨਹੀਂ ਅਸੀਂ ਕਿਸੇ ਦੇ ਪੈਂਦੇ ਨਾ ਖੜ੍ਹਾ ਹੀ ਕਰਦੇ ਹਾਂ, ਅਸੀਂ ਤਾਂ ਇਸ਼ਾਰਾ ਦਿੰਦੇ ਹਾਂ। ਸਾਨੂੰ ਵੀ ਗੁਰੂਆਂ ਨੇ ਇਸ਼ਾਰਾ ਦਿੱਤਾ, ਭਾਈ ਜੇ ਤੂੰ ਨਾਮ ਜਪ ਲਊਂਗਾ ਤਾਂ ਮੇਰੇ ਕੋਲ ਆ ਜਾਊਂਗਾ। ਦੁਨੀਆਂ 'ਚ ਫਸ ਗਿਆ ਤਾਂ ਦੁਨੀਆਂਦਾਰ ਹੀ, ਮੈਂ ਤਾਂ ਤੈਨੂੰ ਗਿਆਨ ਦੇ ਤਾ, ਵਿਚਾਰ ਦੇ ਤੇ ਆ, ਤੂੰ ਚੱਲਣਾ ਤਾਂ ਚੱਲ, ਜੇ ਨਹੀਂ ਚੱਲਣਾ ਤਾਂ ਨਾ। ਸੀ ਹਰੇਕ ਨੂੰ ਆਪਣੀ ਆਪਣੀ ਆ, ਜਿਹੜੇ ਲੈਣ ਨਹੀਂ ਪਿੱਛਾ ਮੁੜ ਕੇ ਆਉਂਦੇ ਕਿਸੇ ਨੂੰ, ਉਹਦੇ ਭਾਗ ਹੀ ਆ। ਜਿੱਦਾਂ ਦੇ ਉਹ ਕਰਮ ਕਰਦਾ ਉੱਦਾਂ ਦੇ ਅੰਤ ਦੇ ਸਮੇਂ ਉਹਦੇ ਸੁਭਾਅ ਬਣ ਜਾਂਦੇ ਆ। ਜਿੱਥੇ ਜਿੱਥੇ ਉੱਥੇ ਉੱਥੇ ਦੇਸ਼ ਦੇ ਵਿੱਚ ਉਹ ਟਿਕ ਜਾਂਦਾ ਆ। ਮੈਂ ਬਹੁਤਾ ਕੁਛ ਨਾ ਬੋਲਾਂ, ਥੋੜ੍ਹਾ ਜਿਹਾ ਬੋਲ ਕੇ ਬਸ ਕਰ ਦਿੰਦੇ ਹਾਂ। ਗੱਲਾਂ ਤਾਂ ਫੁਰਦੀਆਂ ਰਹਿੰਦੀਆਂ, ਕੁਛ ਜਿਹੜੀਆਂ ਗੱਲਾਂ ਇਹ ਹੁੰਦੀਆਂ, ਇਹ ਵਾਚਕ ਗਿਆਨ ਹੁੰਦਾ, ਗੱਲਾਂ ਦਾ ਗਿਆਨ, ਮਨ ਨੂੰ ਸਮਝਾਉਣ ਲਈ, ਮਨ ਨੂੰ ਜੋੜਨ ਲਈ। ਇਹ ਰੱਬ ਕੋ ਰੱਬ ਦੇ ਨਾਲ ਰੱਬ ਦੀ ਗੱਲ ਨਹੀਂ, ਇਹ ਤਾਂ ਗਿਆਨ ਆ। ਗਿਆਨ ਦਿੱਤਾ ਆ ਵੀ ਤੂੰ ਇੱਦਾਂ ਇੱਦਾਂ ਕਰ ਲਾ, ਆਹ ਬੇਕਾਰ ਆ, ਆਹ ਪਾਪ ਆ, ਆਹ ਪੁੰਨੇ ਆ, ਆਹ ਮੰਜ਼ਿਲ ਆ, ਹੈ ਇਹ ਵੀ ਮੰਜ਼ਿਲ ਹੀ ਆ, ਇਹ ਮੰਜ਼ਿਲ ਦੂਜੇ ਪਾਸੇ ਦੀ ਆ, ਇਹ ਮੰਜ਼ਿਲ ਇੱਧਰ ਦੀ ਆ, ਜਿਹੜਾ ਤੂੰ ਰਾਸਤਾ ਚੁਣਨਾ ਚੁਣ ਲਾ। ਇਸ ਕਰਕੇ ਕੋਈ ਬਿਰਲਾ ਜਿਹੜਾ ਹੁੰਦਾ ਆ, ਪ੍ਰਭ ਦੀ ਕਿਰਪਾ ਗੁਰ ਕਿਰਪਾ ਬਸ ਉਹ ਜੁੜ ਜਾਂਦਾ ਆ। ਪਰ ਠੇਡੇ ਲੱਗਦੇ ਆ, ਤੋੜਦੇ ਆ। ਗੁਰੂ ਕਿਰਪਾ ਹੋਵੇ ਤਾਂ ਜੁੜਿਆ ਰਹੇ ਤਾਂ ਠੀਕ ਹੀ ਆ, ਨਹੀਂ ਤਾਂ ਜੇ ਟੁੱਟ ਗਿਆ ਤਾਂ ਦੁਨੀਆਦਾਰ ਬਣ ਗਿਆ। ਜਿੱਥੇ ਖਿਆਲ ਜੁੜ ਜਾਂਦੇ ਮਨ ਉੱਥੇ ਜੁੜ ਜਾਂਦਾ ਆ, ਉਹਨੂੰ ਹੀ ਰੱਬ ਮੰਨ ਲੈਂਦਾ ਆ। ਉਹਨਾਂ ਖਿਆਲਾਂ ਦੇ ਵਿੱਚ ਮਰ ਜਾਂਦਾ ਆ। ਇਹ ਖਿਆਲ ਹੀ ਆ, ਖਿਆਲ ਹੀ ਤੋੜਨ, ਖਿਆਲ ਹੀ ਜੋੜਨ। ਸਾਡੇ ਖਿਆਲ ਹੀ ਸਾਨੂੰ ਤੋੜਦੇ ਆ, ਖਿਆਲ ਹੀ ਜੋੜਦੇ ਆ। ਕਿਸੇ ਨੂੰ ਦੋਸ਼ ਦਿੰਦੇ ਹਾਂ, ਦੋਸ਼ ਕਰਮਾ ਆਪਣਾ ਆ। ਮਹਾਰਾਜ ਸਰਬੰਦ ਦਾਸ ਜੀ ਵੀ ਸਮਝਾਉਂਦੇ ਹੁੰਦੇ ਸੀ ਵੀ ਕਿਸੇ ਨੂੰ ਦੋਸ਼ ਨਾ ਦੇ, ਹੇ ਮੇਰੀ ਆਤਮਾ, ਕਿਸੇ ਨੂੰ ਦੋਸ਼ ਨਾ ਦੇ, ਇਹ ਆਪਣੇ ਕਰਮਾਂ ਦਾ ਹੀ ਦੋਸ਼ ਹੈ। ਅਸੀਂ ਦੂਜੇ ਨੂੰ ਦੋਸ਼ ਦਿੰਦੇ ਹਾਂ, ਕਰਮ ਆਪਣੇ ਆਪਣੇ ਹੁੰਦੇ ਆ। ਇਸ ਕਰਕੇ ਜਿਹੜੇ ਅਸੀਂ ਬੰਦੇ ਹਾਂ, ਅਸੀਂ ਸੰਸਾਰੀ ਜੀਵ ਜੁੜਿਆਂ ਨੂੰ ਵੀ ਤੋੜਦੇ ਹਾਂ। ਤਰਸ ਸਾਡੇ 'ਤੇ ਕੌਣ ਕਰਦੇ ਆ? ਸੰਤ ਮਹਾਤਮਾ। ਅਸੀਂ ਇਹਦਾ ਮਨ ਨਾਲ ਵਿਚਾਰ ਕੀਤੀ ਕਿ ਅਸੀਂ ਸੰਸਾਰੀ ਜੀਵਾਂ ਦੇ ਭੂਤ ਪ੍ਰੇਤ ਬਣ ਕੇ ਦੂਜਿਆਂ ਨੂੰ ਸਤਾ ਸਕਦੇ ਹਾਂ, ਤੰਗ ਕਰ ਸਕਦੇ ਹਾਂ, ਮਾਰ ਸਕਦੇ ਹਾਂ, ਉਹਦਾ ਸਵਾਰ ਕੁਛ ਨਹੀਂ ਸਕਦੇ। ਨਾ ਅਸੀਂ ਜੀਂਦਿਆਂ ਨੇ ਸਵਾਰਿਆ ਕਿਸੇ ਦਾ, ਨਾ ਮਰ ਕੇ ਸਵਾਰਿਆ। ਜੀਂਦਿਆਂ ਨੇ ਵੀ ਈਰਖਾ ਬੈਰ ਕੀਤੇ, ਮਰ ਕੇ ਇਹ ਤੋਂ ਵੀ ਵੱਧ ਜਾਂਦੇ ਆ ਖਿਆਲ, ਹੋਰ ਵੀ ਭਟਕ ਜਾਂਦੇ ਆ, ਹੋਰ ਵੀ ਦੁਸ਼ਮਣ ਬਣ ਜਾਂਦਾ। ਜਿਹੜੇ ਸਾਨੂੰ ਜੀਂਦੇ ਰੱਬ ਨਾਲ ਜੋੜਦੇ ਆ, ਸਾਡੇ 'ਤੇ ਤਰਸ ਕਰਦੇ ਆ, ਆਪਣੇ ਰੱਬ ਨੂੰ ਛੱਡ ਕੇ ਸਾਡੇ ਨਾਲ ਵੀ ਮੁਹੱਬਤ ਰੱਖਦੇ ਆ। ਮੈਂ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਜਿਹੜਾ ਸਾਧੂਆਂ ਦਾ ਮੋਹ ਆ ਇਹ ਅਲੱਗ ਆ, ਕਾਮਲ ਫਕੀਰ ਦਾ ਮੋਹ ਅਲੱਗ ਆ, ਜਿਹੜੇ ਅਸੀਂ ਦੁਨੀਆਦਾਰ ਇਹ ਮੋਹ ਅਲੱਗ ਆ। ਅਸੀਂ ਜੇ ਕਿਸੇ ਨਾਲ ਮੋਹ ਕਰਦੇ ਹਾਂ ਤਾਂ ਆਪਣੇ ਲੋਭ ਲਈ ਕਰਦੇ ਹਾਂ, ਆਪਣੀਆਂ ਵਾਸ਼ਨਾ ਲਈ ਕਰਦੇ ਹਾਂ। ਜਿਹੜੇ ਫਕੀਰ ਹੁੰਦੇ ਆ ਇਹਨਾਂ ਦੀ ਵਾਸ਼ਨਾ ਨਹੀਂ ਹੁੰਦੀ। ਇਹ ਸਾਨੂੰ ਸੱਚਾ ਉਪਦੇਸ਼, ਸੱਚੀ ਗੱਲ, ਸੱਚਾ ਸੁਝਾਓ। ਹੁਣ ਅਸੀਂ ਆਪਣੇ ਗੁਰੂਆਂ ਕੋਲ ਰਹਿੰਦੇ ਸੀ, ਮਹਾਰਾਜ ਕੋਲ ਰਹਿੰਦੇ ਸੀ, ਨਾ ਤਾਂ ਸਾਨੂੰ ਈਰਖਾ 'ਚ ਜੋੜਿਆ ਕਿਸੇ ਨੇ, ਨਾ ਸਾਡੇ ਸਾਹਮਣੇ ਈਰਖਾ ਹੀ ਕਿਸੇ ਦੀ ਕੀਤੀ, ਨਾ ਕਿਸੇ ਸਾਧੂ ਦੀ ਨਿੰਦਿਆ ਹੀ ਕੀਤੀ, ਨਾ ਸੁਣੀ ਨਾ ਨਿੰਦਿਆ ਕੀਤੀ, ਨਾ ਕੌਮ ਦੀ ਨਾ ਮਜ਼ਹਬ ਨੂੰ ਕਿਸੇ ਨੂੰ ਨਿੰਦਿਆ। ਹਾਂ, ਜਿਹੜਾ ਉਹਨਾਂ ਨਾਲ ਪ੍ਰੇਮ ਕਰਦਾ ਸੀ, ਚਾਹੇ ਕੋਈ ਵੀ ਜਾਤ ਦਾ ਹੋਵੇ, ਉਹ ਉਹਨਾਂ ਹੀ ਪ੍ਰੇਮ ਪਾ ਲੈਂਦੇ ਸੀ, ਉਹਨੂੰ ਸੱਚਾ ਉਪਦੇਸ਼ ਕਰਦੇ ਸੀ।
किसी नूं टीचर मखौल ईरखाबाजी विषय भाषणा की गल नंदिया चुगली नहीं सी करदे। साडे मन दे विच भी उन्हें शुभ गुण भरे, इस करके असीं उन्हां दी जय करदे जिन्हां ने सानूं किसी की निंदिया च किसी की ईरखा च किसी के बैर च नहीं पाया ना सगई। उन्हां दे कोल सेवक भी उदां दा तां सेवकड़ी भी उदां दी, वो रूहां नाल प्यार करदे सी, वो नारी पुरश भी नहीं सी देखदे। इस करके असीं उन्हां नूं धन कहिंदे आं, धन संत जिन्हें ऐसी जानी जिन्हां ने इदां दी जानी ये धन संत आ। असीं अपने रब नूं गुरुआं नूं जिहड़े रब नाल जुड़े आ उन्हां नूं सजदा करदे आ, जिहड़े हो गए आ उन्हां नूं भी मत्था टेकदे आ, जिहड़े हो चुके आ उन्हां नूं भी नमस्कार करदे आ, जिन्हां ने वर्तमान च आयो आ नाम जपदे आ संसार दीआं वासना तों रहत हो गए आ उन्हां नूं भी मत्था टेकदे आ, जिहड़े गाहां आउणे आ उन्हां नूं भी मत्था टेकदे आ। ये धनतां दे योग हुंदे आ जिन्हां ने अपनियां वासना नूं ज्ञान ही नहीं, विषय वासना का ज्ञान ही नहीं, महाराज साडिआं नूं ज्ञान ही नहीं विषय वासना, पर ज्ञान तुहाडे नालों ज़्यादा सी, विचार उन्हां दे बहुत विशाल सी, उन्हां दी रहणी सहणी साडे संसारियां नालों अलग सी, वो बुद्धि जीव सी जिहड़े संसार दे विच इक रस जीवन बतीत करके गए। महाराज सरबन दास, महाराज हरिदास, महाराज गरीबदास जी, हुण महाराज जी साडे रब जी वधिया जीवन बतीत करके जिन्हां ने संगत कीती आ उन्हां नूं बदलना चाहीदा, पर असीं उन्हां दे विचारां ते चले नहीं। जदों हुण उह साडे कोल दूर चल गए, हुण ज्ञान आउण लगा, उन्हां दे विचारां नूं हुण फड़न लगे, पहलां दुनिया 'च ही फसे रहे, हुण उन्हां दे विचारां नूं जदों लिया हुण पता लगा कि उन्हां ने सच बोलिया, सच दा उपदेश कीता। जो हुण देखदे आ सुणदे आ उदां ही हुंदी, फिर उन्हां ने जो उपदेश दिता जिन्ना चिकर दुनिया रहनी आ उन्ना चिकर उन्हां दा ही उपदेश, रब नूं प्राप्त करन दा होर कोई साधन रास्ता नहीं आ, जिहड़ा उन्हें चुनिया आ उहो ही आ, कोई सौखा रहा नहीं आ, उन्हें सौखे ते सौखा सानू रास्ता दस्या तो सौखा है नहीं। इस करके महापुरश जिहड़े आ ये धनता दे योग आ जिन्हां ने सानू परमेश्वर नाल जोड़न दा यतन कीता, ते असी संसारी जीव असी दर्शन करन दा साडा जिहड़ा सगा पुन सगा उन्हां दा उपदेश ग्रहण करन दा पुन नहीं सी। इस करके असीं गाहां भी अपने परमेश्वर संतां अगे गुरुआं अगे परमात्मा अगे बेनती करदे हाँ, हे परमात्मा गाहां सानूं जे जन्म देना होगा तां बेकारी ना बनावीं, इह तों भी चंगे बनावीं, इह तों भी असीं रास्ता चंगा चुनीए, साडी संगत घट तों घट होवे तां असीं चंगा वक्त बतीत कर सकीए, बंदगी नाल जुड़ सकीए। पर बंदगी नाल जुड़ना बहुत औखा आ, गुरु किरपा परमेश्वर दी गुरुआं दी किरपा साधुआं दा आशीर्वाद इह करम बदलदा। मैं इह जाचिया साधुआं दा आशीर्वाद होवे, गुरु किरपा होवे तां रब दयाल होवे, इन्नी किरपा होनी चाहीदी है, अपना कीता कुछ नहीं हुंदा, इन्हां दा उपदेश सानूं तार सकदा जे साडे मन चंगा होवे तां, जे ग्रहण करे तां। नहीं तां बस की आ असीं जीव, कल्ले आए नानका सद्या उठ जा, रब ने सानूं कल्लिया सी बस इदां ही झाड़ के कपड़े तुर जाणा है। जिन्हां जिहड़े रब नाल जुड़ गए उन्हां ने उपदेश कमा लिया,
ਉਹ ਧਾਨੇ ਆ। ਜਿਹੜੇ ਗੁਰੂ ਹੁੰਦੇ ਆ ਇਹਨੇ ਤਾਂ ਚਾਬੀ ਮਰੋੜਨੀ ਆ, ਚਾਬੀ ਲਾਉਣੀ ਆ, ਦੱਸਣਾ ਆ ਗਾਹਾਂ ਇਹਦੇ ਆਪਣੇ ਭਾਗ ਆ। ਪਰ ਗੁਰੂਆਂ ਨੇ ਆਪਣੀ ਬੰਦਗੀ ਛੱਡ ਕੇ ਸਾਨੂੰ ਉਪਦੇਸ਼ ਦਿੱਤਾ। ਹੁਣ ਪਤਾ ਲੱਗਾ ਕਿ ਗੁਰੂ ਧੰਤਾ ਦੇ ਯੋਗ ਆ, ਜਿਨ੍ਹਾਂ ਨੇ ਰੱਬ ਨਾਲੋਂ ਥੱਲੇ ਆਣ ਕੇ ਟੁੱਟ ਕੇ ਸਾਨੂੰ ਉਪਦੇਸ਼ ਕੀਤਾ। ਇਸ ਕਰਕੇ ਗੁਰੂ ਮੇਰੇ ਧਾਨੇ ਆ, ਚੰਗਾ ਸੁਝਾਅ ਦਿੱਤਾ। ਅਸੀਂ ਉਹਨਾਂ ਦੀ ਕਦਰ ਨਹੀਂ ਪਾਈ। ਜਿੱਦਾਂ ਜਿੱਦਾਂ ਹੁਣ ਮਨ ਬਦਲਦਾ ਆ ਉੱਦਾਂ ਉੱਦਾਂ ਕਦਰ ਦਾ ਮੈਨੂੰ ਹੁਣ ਪਤਾ ਲੱਗਦਾ ਕਿ ਗੁਰੂਆਂ ਲੋਕਾਂ ਨੇ ਸਾਨੂੰ ਕੀ ਉਪਦੇਸ਼ ਦਿੱਤਾ। ਮਹਾਰਾਜ ਜੀ ਨੇ ਮਹੀਨਾ ਦੱਸਿਆ ਵਿਸਾਖ ਦਾ, ਪਰਮਾਤਮਾ ਸਾਰਿਆਂ ਦਾ ਭਲਾ ਕਰੇ। ਕੀ ਕਹਿੰਦੇ ਆ ਵਿਸਾਖ? ਗੁਰੂ ਅਰਜਨ ਦੇਵ ਜੀ, ਗੁਰੂ ਅਰਜਨ ਦੇਵ ਜੀ ਆਪਣੇ ਗੁਰੂ ਦੇ ਅੱਗੇ ਬੇਨਤੀਆਂ ਅਤੇ ਅਰਜ਼ੋਈਆਂ ਕਰਦੇ ਆ। ਇਹ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਸੀ, ਫਿਰ ਉਹ ਸੰਸਕ੍ਰਿਤ ਦੇ ਵਿੱਚ ਆ ਅਤੇ ਉਹਨਾਂ ਨੂੰ ਸਮਝ ਨਹੀਂ ਆਈ ਸੀ, ਆਉਂਦੀ ਸੀ ਸੇਵਕਾਂ ਨੂੰ। ਫਿਰ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਮਹਾਰਾਜ ਜੀ ਸਾਨੂੰ ਸਮਝ ਨਹੀਂ ਲੱਗਦੀ, ਸਰਲ ਭਾਸ਼ਾ ਦੇ ਵਿੱਚ ਸਾਨੂੰ ਲਿਖ ਕੇ ਦਿਓ ਅਤੇ ਸੁਣਾਓ। ਉਹਨਾਂ ਨੇ ਫਿਰ ਸਾਨੂੰ ਸਰਲ ਭਾਸ਼ਾ ਦੇ ਵਿੱਚ ਅਰਥ ਉਹ ਹੀ ਆ ਗੁਰੂ ਨਾਨਕ ਦੇਵ ਜੀ ਵਾਲੇ, ਅਤੇ ਉਹਨਾਂ ਨੇ ਸਰਲ ਭਾਸ਼ਾ ਦੇ ਵਿੱਚ ਇਹ ਫਿਰ ਬਾਰਾਂਮਾਹ ਲਿਖਿਆ। ਕੀ ਕਹਿੰਦੇ ਆ? ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਉਹਨਾਂ ਨੇ ਆਪਣੇ ਰੱਬ ਨੂੰ, ਆਪਣੇ ਗੁਰੂਆਂ ਨੂੰ, ਸਾਧੂਆਂ ਅੱਗੇ ਬੇਨਤੀ ਕੀਤੀ ਆ ਕਿ ਹੇ ਪਰਮਾਤਮਾ, ਅਸੀਂ ਮਾੜੇ ਕਰਮ ਕੀਤੇ ਤੇਰੇ ਨਾਲੋਂ ਵਿਛੜ ਗਏ। ਫਿਰ ਵਿਛੜ ਕੇ ਕੀ ਹਾਲ ਹੋਇਆ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਧੂਆਂ ਤੋਂ ਸੁਣਦੇ ਹਾਂ, ਪਰ ਇਹ ਤੋਂ ਵੀ ਜ਼ਿਆਦਾ ਆ। 25 ਪ੍ਰਕਿਰਤੀਆਂ ਵੀ ਮਗਰ ਆ, ਬਹੁਤ ਕੁਛ ਆ। ਜਿੱਥੇ ਤੱਕ ਗਿਆਨ ਵਿਚਾਰਦੇ ਹਾਂ, ਸੁਣਦੇ ਹਾਂ, ਉੱਥੇ ਤੱਕ ਦੀ ਸਾਨੂੰ ਖਬਰ ਆ, ਇਹ ਤੋਂ ਗਾਹਾਂ ਖਰਿਆ ਕੀ ਕੁਛ ਆ। ਫਿਰ ਉਹਨਾਂ ਨੇ ਆਪਣੇ ਗੁਰੂ ਅੱਗੇ ਬੇਨਤੀਆਂ ਹੀ ਕੀਤੀਆਂ, ਤਰਲੇ ਹੀ ਕੱਢੇ ਕਿ ਇਹ ਸੱਚੇ ਪਾਤਸ਼ਾਹ ਸਾਨੂੰ ਆਪਣੇ ਨਾਲ ਜੋੜ ਲਓ, ਇਹ ਸੱਚੇ ਪਾਤਸ਼ਾਹ ਸਾਡੇ 'ਚੋਂ ਵਿਕਾਰ ਨਾ ਸਾਡੇ ਵਿੱਚ ਆਉਣ, ਅਸੀਂ ਤੇਰੇ ਨਾਲ ਸੱਚਾ ਸੁੱਚਾ ਪਿਆਰ ਕਰੀਏ। ਇਸ ਕਰਕੇ ਮਹਾਰਾਜ ਇਸ ਮਹੀਨੇ ਬਾਰੇ ਦੱਸਦੇ ਆ, ਵਿਸਾਖ ਤਿਰਨ ਕਿਉਂ ਵੱਡਿਆ ਜਿੰਨਾ ਪ੍ਰੇਮ ਬਿਛੋ। ਮਹਾਰਾਜ ਕਹਿੰਦੇ ਇਸ ਮਹੀਨੇ ਦੇ ਵਿੱਚ ਜਿਹੜੀਆਂ ਕਣਕਾਂ ਨੂੰ ਵੱਢਿਆ ਜਾਂਦਾ, ਫਿਰ ਕਹਿੰਦੇ ਜਿਹੜਾ ਉਹਨਾਂ ਦਾ ਬੂਟਾ ਹੈ ਨਾ ਉਹਨੂੰ ਵੱਢ ਕੇ ਤਾਂ ਉਹਦੇ ਵਿੱਚੋਂ ਦਾਣਾ ਕੱਢਿਆ ਜਾਂਦਾ। ਇਹ ਕਹਿੰਦੇ ਉਹਨੇ ਵਿਚਾਰਿਆ ਕਿ ਜਿਹੜਾ ਉਹਦੇ ਨਾਲੋਂ ਪ੍ਰੇਮ ਵਿਛੜ ਗਿਆ, ਬੂਟੇ ਦਾ ਪ੍ਰੇਮ ਵਿਛੜ ਗਿਆ, ਹੁਣ ਉਹ ਦਾਣਾ ਬਣ ਗਿਆ, ਗਾਹਾਂ ਉਹ ਬੀਰਜ ਬਣ ਗਿਆ, ਫਿਰ ਉਹਨੂੰ ਧਰਤੀ ਵਿੱਚ ਫਿਰ ਉਹਨੂੰ ਬੂਟਾ ਬਣ ਜਾਣਾ। ਇਸ ਕਰਕੇ ਮਹਾਂਪੁਰਸ਼ ਕਹਿੰਦੇ ਆ ਜਿਹੜੀਆਂ ਰੂਹਾਂ ਰੱਬ ਤੋਂ ਵਿਛੜ ਗਈਆਂ ਉਹਨਾਂ ਨੂੰ, ਜਿਹੜੀਆਂ ਤਾਂ ਰੂਹਾਂ ਨੇ ਪਰਮੇਸ਼ਰ ਦੇ ਦਰਸ਼ਨ ਕਰ ਲਏ, ਉਹਨਾਂ ਦੇ ਬਿਰਹੋਂ ਦੂਜੇ ਪਾਸੇ ਮਨ ਲੱਗ ਜਾਵੇ, ਉਹਨਾਂ ਦੀ ਗੱਲ ਕੀਤੀ ਆ ਵੀ ਜਿਹੜੀਆਂ ਰੂਹਾਂ ਆਪਣੇ ਪਰਮੇਸ਼ਰ ਤੋਂ ਟੁੱਟ ਜਾਣ, ਉਹਨਾਂ ਨੂੰ ਗਿਆਨ ਹੋ ਗਿਆ ਵੀ ਅਸੀਂ ਟੁੱਟ ਗਏ ਹਾਂ। ਕਹਿੰਦੇ ਇਹ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਕੀ ਹਾਲ ਆ। ਹਰ ਸੱਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ। ਕਹਿੰਦੇ ਅਸੀਂ ਸੰਸਾਰੀ ਜੀਵ ਆ ਜਿਹੜੇ ਆ, ਹਰੀ ਪਰਮਾਤਮਾ ਨੂੰ ਛੱਡ ਕੇ, ਹਰੀ ਪਰਮਾਤਮਾ ਨੂੰ ਛੱਡ ਕੇ ਇਹ ਸੰਸਾਰ ਦੇ ਲੋਭ ਲਾਲਚ ਮੋਹ ਦੇ ਵਿੱਚ ਪੈ ਗਏ। ਕਹਿੰਦੇ ਫਿਰ ਅਸੀਂ ਕੀ ਕੀਤਾ? ਫਿਰ ਪੁੱਤਰ ਇਸਤਰੀਆਂ ਦੇ ਮਗਰ ਲੱਗ ਗਏ, ਵਿਸ਼ੇ ਵਾਸ਼ਨਾ 'ਚ ਜੁੜ ਗਏ, ਫਿਰ ਪੁੱਤਾਂ ਧੀਆਂ ਦੇ ਮੋਹ 'ਚ ਜੁੜ ਗਏ। ਕਹਿੰਦੇ ਇਹਨਾਂ ਨੇ ਨਾਸ਼ ਹੋ ਜਾਣਾ, ਇਹ
हे सच्चे पातशाह सानू रास्ता रब नाल जोड़ो, सानू बंदगी नाल जोड़ो। कहिंदे इक परमात्मा ने सच रहना, होर किने रहना? महापुरश बाणी च भी दसदे आ, कहिंदे नाम रहो साधु रहो रहो गुरु गोबिंद, कहो नानक हर भजमना किन जपियो गुरमंत। कहिंदे दुनिया च ओ रहिंदा, संत रहिंदे आ, जां कहिंदे हरी दा नाम रहिंदा। महाराज कहिंदे जिन्हां दे नाल साडा मोह आ, पुत्तर धियां दे, कहिंदे ए चलदा ही रहना। कट्टे बछे गाइयां मझां ये भी औलाद पैदा करदियां, कीड़े मकौड़े भी औलाद पैदा करदे आ, ते उहदे कई आउंदे आ के तुरे जांदे आ, अपना समा बतीत करदे आ, कुछ तुरे जांदे आ। असी जिहड़ा मर जांदा आ, ये सोचदे नहीं मरना सी, असी तां मरना ही नहीं, अपना मरना भुलिया आ, बस दूजे का मरना चेते आ। ये भी रब ने बड़ा बड़ा कर्म किया आ, सानू संसार नू चक्कर च पाता। पलच पलच सगली मुई झूठे तंदे मो, महापुरश कहिंदे ये सृष्टि के जीव जिहड़े जिन्ने भी आ, कहिंदे इह खप खप के मरी जांदे आ मोह दे झूठे धंदियां दे विच। एक सहर के नाम बिन अगे लईए खो, कहिंदे परलोक दे विच इत्थे ही ये सब कुछ खो लिया जांदा। देखदे भी आ, कोई भी नाल नहीं कुछ लैके जांदा। नाल की लैके जांदा? कीते हुए कर्म। असी सोचते हाँ कि असी कर्म तो माड़े किते नहीं, तो सानू फलका तो भुगना पैंदा। एक जिहड़े कर्म आ एक ख्यालां तो बनते आ, कर्म कित्थों बनते? ख्यालां तो। जिदा जिदा दे किसे दे ख्याल हैगे आ, उदा उदा दे कर्म बनते आ। कर्म बनते ख्यालां तो, विचारां तो। कल्ले 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 सार दे विच जो जो असी सोचिया विचारिया ये सब कुछ ये कर्म बनते हैं। इस करके महापुरश कहिंदे एक हरी दे नाम तो बिना कहिंदे सब कुछ खो लिया जांदा। ताज विसार बगुचना प्रभिन अवर न कोए, प्रीतम चरनी जो लगे तिनकी निर्मल सोए। कहिंदे जिन्हां ने अपने सतगुर दे बचन मन्ने आ, उन्हां ते अमल करके तुर पिया आ, ते साधुआं दी संगत कीती आ, कहिंदे उन्हां लई इह महीना खरा आया जिन्हां ने अपने गुरु तो विचार लै के तां उह रब नाल जुड़ गया। कहिंदे उह खरा आया, कहिंदे उहनूं इह महीना विसाख सुहावा तां लगे जां संत भेटे हर सोए। कहिंदे इस महीने दे विच संतां दे दर्शन करने चाहीदे आ, तां परमात्मा दी भगती करनी चाहीदी आ, तां इह महीना सुहाग बंतियां वास्ते चंगा आ, उहनूं सुहागण कहिंदे आ। कहिंदे सुहागण किहनूं कहिंदे आ? कहिंदे निम्रता होवे, बाबा फरीद ने गुण दसे, कहिंदे इदां दे गुण होने चाहीदे आ सुहागणा विच। इस करके मैं बहुता समा लै लिया, मैं गलती कर ली आ, ते मैनू माफ करियो, मैं चंगे कर्म नहीं किते। फिर भी परमेश्वर ने दया कीती आ, संत महात्मा दया करदे आ, दया दे सागर आ, ये दया करन साडे ते, ते सानू रब नाल जोड़ देण। जपो सतनाम श्री वाहिगुरू। सारे धनता दे योग आ, आई संगत भी जिन्हां ने अपने कारोबार छड के संतां दे दर्शन करन आउंदे आ, अपना कीमती वक्त कढ के कुछ दान करदे आ, कुछ प्रेम रखदे आ, परमेश्वर इन्हां जीवां ते भी भला करे, ते साडे नूं भी
ਰੱਬ ਨਾਲ ਜੋੜੇ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਬੋਲੇ ਸੋ ਨਿਰਪੈ ਸਤਿਗੁਰ ਸਵਾਮੀ ਸਰਬਣ ਦਾਸ ਮਹਾਰਾਜ ਕੀ ਜੈ। ਸੋ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ, ਕੋਟਿ ਕੋਟਿ ਧੰਨਵਾਦ। ਸੋ ਇਸ ਦੇ ਨਾਲ ਹੀ ਅੱਜ ਦੇ ਦੀਵਾਨ ਦੀ ਸਮਾਪਤੀ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਲੰਗਰ ਹਾਲ ਦੇ ਵਿੱਚ ਜਾ ਕੇ ਲੰਗਰ ਛਕਣ ਦੀ ਕਿਰਪਾਲਤਾ ਕਰੋ ਜੀ। ਜਿਹੜੇ ਜਥਿਆਂ ਨੂੰ ਇੱਥੇ ਸਮਾਂ ਨਹੀਂ ਮਿਲ ਸਕਿਆ, ਉਹ ਮੰਦਰ ਵਿੱਚ ਜਾ ਕੇ ਕੀਰਤਨ ਕਰਨ ਦੀ ਕਿਰਪਾਲਤਾ ਕਰਨ। ਸੋ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਲੰਗਰ ਹਾਲ ਦੇ ਵਿੱਚ ਜਾ ਕੇ ਲੰਗਰ ਛਕਣ ਦੀ ਕਿਰਪਾਲਤਾ ਕਰੋ। ਸਾਰੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਜਿੱਥੇ ਜਿੱਥੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ, ਉਹ ਸਾਰੇ ਦਾ ਸਾਰਾ ਸਮਾਨ ਜਿੱਥੋਂ ਵੀ ਉਹਨਾਂ ਨੇ ਲਿਆ ਸੀ ਉੱਥੇ ਉੱਥੇ ਰੱਖ ਕੇ ਜਾਣ। ਸੋ ਸਾਰੇ ਹੀ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਬੋਲੇ ਸੋ ਨਿਰਪੈ ਜਗਤਗੁਰ ਰਵਿਦਾਸ ਮਹਾਰਾਜ ਕੀ ਜੈ। ਬੋਲੇ ਸੋ ਨਿਰਪੈ ਸਤਿਗੁਰ ਸਵਾਮੀ ਸਰਵਣ ਦਾਸ ਮਹਾਰਾਜ ਕੀ ਜੈ।